सरकार ने 28 ਨੂੰ ਕੈਬਨਿਟ ਸਬ ਕਮੇਟੀ ਨੇ ਟਾਈਮ ਦਿੱਤਾ ਦੇਖਦੇ ਆ ਉਹ ਚ ਕੀ ਬੰਦਾ ਜੀ ਜੀ ਪਹਿਲਾਂ ਕਈ ਮੀਟਿੰਗਾਂ ਹੋਈਆਂ ਨੋਟੀਫਿਕੇਸ਼ਨ ਪਹਿਲਾਂ ਹੋਇਆ ਹਨਾ ਵੀ ਜੀਪੀਐਫ ਵਾਸਤੇ ਸਰਕਾਰ ਨੇ ਹਾਂ ਕੀਤੀ ਮੈਨੇਜਮੈਂਟ ਨੇ ਉਹਦਾ ਕੀ ਖਿਆਲ ਹੋ ਜੀਪੀਐਫ ਵਾਸਤੇ ਸਰਕਾਰ ਹੁਣ ਜੀਪੀਐਫ ਦਾ ਸਾਨੂੰ ਲੱਗਦਾ ਜੀ 1.5 ਸਾਲ ਹੋ ਗਿਆ ਅੱਧ ਦੂਰੇ ਨੋਟੀਫਿਕੇਸ਼ਨ ਨੂੰ ਤਾਂ ਸਰਕਾਰ ਕਿਤੇ ਨਾ ਕਿਤੇ ਹੁਣ ਜੀਪੀਐਫ ਬਹਾਲੀ ਤੋਂ ਭੱਜ ਰਹੀ ਹੈ ਅੱਜ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਜਿਹੜਾ ਤਿੰਨ ਜਥੇਬੰਦੀਆਂ ਪੰਜਾਬ 'ਚ ਲੜਦੀਆਂ ਔਰ ਚੌਥੀ ਨੇ ਸੀਪੀਐਫ ਯੂਨੀਅਨ ਨੇ ਸਮਰਥਨ ਕੀਤਾ ਹੋਇਆ ਸੀਗਾ ਉਹ ਇੱਕੋ ਇੱਕ ਮੰਗ ਨੂੰ ਲੈ ਕੇ ਜਿਹੜਾ 18 ਨਵੰਬਰ 2022 ਨੂੰ ਮਾਨ ਸਰਕਾਰ ਨੇ ਅੱਧ ਅਧੂਰਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਕੀਤਾ ਹੋਇਆ ਉਹਨੂੰ ਲੈ ਕੇ ਇਕੱਠੇ ਹੋਏ ਸੀ ਔਰ ਮੰਗ ਕੀਤੀ ਹੈ ਸੀਐਮ ਹਾਊਸ ਵੱਲ ਨੂੰ ਵਧ ਰਹੇ ਸੀਗੇ ਪਰ ਪ੍ਰਸ਼ਾਸਨ ਨੇ ਰਾਹ 'ਚ ਰੋਕਿਆ ਤੁਸੀਂ ਦੇਖਿਆ ਹੋਣਾ ਨਿਊਜ਼ ਚੈਨਲਾਂ 'ਤੇ ਧੱਕਾ ਮੁੱਕੀ ਵੀ ਹੋਈ ਹੈ ਸੋ ਉਸ ਧੱਕਾ ਮੁੱਕੀ ਵਿੱਚ ਕਈ ਸਾਥੀਆਂ ਦੇ ਸੱਟਾਂ ਵੀ ਲੱਗੀਆਂ ਔਰ ਪੱਗਾਂ ਵੀ ਲੱਥੀਆਂ ਹੁਣ ਸਰਕਾਰ ਨੇ 28 ਨੂੰ ਕੈਬਨਿਟ ਸਬ ਕਮੇਟੀ ਨੇ ਟਾਈਮ ਦਿੱਤਾ ਦੇਖਦੇ ਆ ਉਹਦੇ 'ਚ ਕੀ ਬੰਦਾ ਜੀ ਜਿਹੜੀ ਪਹਿਲਾਂ ਕਈ ਮੀਟਿੰਗਾਂ ਹੋਈਆਂ ਨੋਟੀਫਿਕੇਸ਼ਨ ਪਹਿਲਾਂ ਹੋਇਆ ਹਨਾ ਵੀ ਜੀਪੀਐਫ ਵਾਸਤੇ ਸਰਕਾਰ ਨੇ ਹਾਂ ਕੀਤੀ ਮੈਨੇਜਮੈਂਟ ਨੇ ਉਹਦਾ ਕੀ ਖਿਆਲ ਹੋ ਜੀਪੀਐਫ ਵਾਸਤੇ ਸਰਕਾਰ ਹੁਣ ਜੀਪੀਐਫ ਦਾ ਸਾਨੂੰ ਲੱਗਦਾ ਜੀ 1.5 ਸਾਲ ਹੋ ਗਿਆ ਅੱਧ ਅਧੂਰੇ ਨੋਟੀਫਿਕੇਸ਼ਨ ਨੂੰ ਤਾਂ ਸਰਕਾਰ ਕਿਤੇ ਨਾ ਕਿਤੇ ਹੁਣ ਜੀਪੀਐਫ ਬਹਾਲੀ ਤੋਂ ਭੱਜ ਰਹੀ ਹੈ ਸਾਥੀਓ ਕਿੰਨੀ ਸ਼ਰਮ ਵਾਲੀ ਗੱਲ ਮੇਰੇ ਸਾਥੀ ਟੋਟਲ ਬੋਰਡ ਜੀ ਦੱਸ ਕੇ ਗਏ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੇਰਾ ਦਰਵਾਜ਼ਾ ਹਮੇਸ਼ਾ ਲਈ ਖੁੱਲ੍ਹਾ ਸਾਥੀਓ ਸ਼ਰਮ ਇਹੋ ਜਿਹੇ ਮੁੱਖ ਮੰਤਰੀ ਨੂੰ ਆਉਣੀ ਚਾਹੀਦੀ ਹੈ ਤੁਸੀਂ ਦੇਖੋ ਸਾਡੀਆਂ ਬੱਚੀਆਂ ਕਮਾਂਡੋ ਦਾ ਇਹਨਾਂ ਨੇ ਟੈਸਟ ਪਾਸ ਕੀਤਾ ਹੈ ਤੇ ਅੱਜ ਸਾਨੂੰ ਰੋਕ ਰਹੀਆਂ ਜਦਕਿ ਆ ਬੱਚੀਆਂ ਦੇ ਸਾਡੇ ਵੀਰ ਜਿਹੜੇ ਆ ਇਹ ਵੀ ਪੁਰਾਣੀ ਪੈਨਸ਼ਨ ਤੇ ਪੀੜਤ ਨੇ ਸੋ ਬਹੁਤ ਹੀ ਮਾੜੀ ਇਸ ਸਰਕਾਰ ਦੀ ਕਾਰਗੁਜ਼ਾਰੀ ਆ ਮਾੜੀ ਸਰਕਾਰ ਦੀ ਇੱਕ ਮੈਨੂੰ ਨਾਰਾ ਯਾਦ ਆਇਆ ਸਾਰਿਆਂ ਨੇ ਉਸ ਨਾਰੇ ਜਵਾਬ ਦੇਣਾ ਜੀ ਸਾਥੀਓ ਮੈਂ ਬੋਲੂੰਗਾ ਨਾਰਾ ਨੀ ਧੜਕ ਤੁਸੀਂ ਸਾਰਿਆਂ ਨੇ ਕਹਿਣਾ ਹੈ ਮਾਨ ਸਰਕਾਰ ਤੇਰਾ ਪੇੜਾ ਹੀ ਗਰਕ ਸਾਰਿਆਂ ਨੂੰ ਯਾਦ ਹੈ ਜੀ साडे चैनल ते आ रही वीडियो वधिया लग रही थोनों चैनल नूं सबसक्राइब करना ना भुलना ते बैल आइकन जरूर प्रेस कर दिओ जो कि आने वाली हरेक नोटिफिकेशन थोड़े तक सब तो पहला पहुँच सके धन्यवाद जी।